ਸਭ ਦੀ ਅੱਜ ਵੀ ਦੇਖ ਲਈ ਉਹਨਾਂ ਜਗਾਰਾ ਦਾ ਲਾ ਲਓ ਜਗਾਰਾ ਲਗਾ ਦਿਓ ਜੀ ਜੈ ਕਾਲ ਜੈ ਯੁਵਾ ਜਾਗਰਤੀ ਮੰਚ ਗਣੇਸ਼ ਮਹੋਤਸਵ ਕਮੇਟੀ ਦੇ ਵੱਲੋਂ ਗਣਪਤੀ ਮਹੋਤਸਵ 2019 ਜੋ 2 ਤਰੀਕ ਤੋਂ ਦ੍ਰੇਸੀ ਦੇ ਇਸੇ ਪ੍ਰਾਂਗਣ ਦੇ ਵਿੱਚ ਸ਼ੁਰੂ ਹੋਇਆ ਸੀ ਜਿਸ ਦੇ ਵਿੱਚ ਪਹਿਲੀ ਭਜਨ ਸੰਧਿਆ ਵਿੱਚ ਮਹਾਰਾਜ ਤਰਲੋਚਨ ਦਾਸ ਜੀ ਨੇ ਭਜਨ ਸੰਧਿਆ ਕੀਤੀ। ਉਸ ਤੋਂ ਅਲੱਗ ਅਲੱਗ ਮੰਡਲੀਆਂ ਰੋਜ਼ ਹੀ ਬਾਬਾ ਗਣਪਤੀ ਜੀ ਦਾ ਗੁਣਗਾਨ ਕਰਦੀਆਂ ਸੀ। ਉਹਦੇ ਰਾਮ ਚਰਨਮ ਤੋਂ ਭਾਈ ਦਵਿੰਦਰ ਸੂਦ ਜੀ, ਦਿਵਿਆ ਜੋਤੀ ਤੋਂ ਭੈਣ ਸੋਮਿਆ ਭਾਰਤੀ ਜੀ, ਮਹਾਰਾਜ ਗੁਰੂ ਆਚਾਰਿਆ ਕਾਲੀਦਾਸ ਜੀ ਅਤੇ ਹੋਰ ਵੀ ਅਲੱਗ ਅਲੱਗ ਭਜਨ ਮੰਡਲੀਆਂ ਨੇ, ਸੰਕੀਰਤਨ ਮੰਡਲੀਆਂ ਨੇ ਗਣਪਤੀ ਮਹੋਤਸਵ 'ਚ ਭਾਗ ਲਿੱਤਾ। ਅੱਜ ਗਣੇਸ਼ ਮਹੋਤਸਵ ਜੀ ਦੀ ਸ਼ੋਭਾ ਯਾਤਰਾ ਅਤੇ ਜਲ ਵਿਸਰਜਨ ਦਾ ਕਾਰਜਕ੍ਰਮ ਹੈ ਜੋ ਕਿ ਥੋੜ੍ਹੀ ਦੇਰ ਦੇ ਵਿੱਚ ਹੀ ਇੱਥੋਂ ਸ਼ੁਰੂ ਹੋਣ ਜਾ ਰਿਹਾ। ਇਹ ਯਾਤਰਾ ਦ੍ਰੇਸੀ ਦੇ ਮੈਦਾਨ 'ਚੋਂ ਚੱਲਦੀ ਹੋਈ ਅਲੱਗ ਅਲੱਗ ਬਾਜ਼ਾਰਾਂ 'ਚੋਂ ਹੁੰਦੀ ਹੋਈ ਕਿਲ੍ਹਾ ਚੌਂਕ ਛਿਪਰੀ ਚੌਂਕ ਦੇ ਵਿੱਚ ਇਸਦਾ ਸਮਾਪਨ ਹੈ। ਉਸ ਤੋਂ ਬਾਅਦ ਬਾਬਾ ਦੀ ਮੂਰਤੀ ਨੂੰ ਜਲ ਵਿਸਰਜਨ ਦੇ ਲਈ ਸਤਲੁਜ ਤੇ ਯੁਵਾ ਸਾਥੀ ਦਾ ਸੇਵਕ ਲੈ ਕੇ ਜਾਣਗੇ। ਮੈਂ ਤਮਾਮ ਲੁਧਿਆਣਾ ਵਾਸੀਆਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਗਣੇਸ਼ ਮਹੋਤਸਵ ਮਨਾਉਣ ਦੇ ਵਿੱਚ ਯੁਵਾ ਜਾਗਰਤੀ ਮੰਚ ਨੂੰ ਤਨ ਮਨ ਧਨ ਦੇ ਨਾਲ ਸਹਿਯੋਗ ਕੀਤਾ। ਇਹ ਯਾਤਰਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਆ, ਇਹਦੇ ਇਕੱਲਾ ਭਗਵਾਨ ਗਣਪਤੀ ਦਾ ਰੱਥ ਹੀ ਚੱਲਦਾ। ਤੁਸੀਂ ਦੇਖ ਸਕਦੇ ਜਿਹੜੀ ਬਾਬਾ ਜੀ ਦੀ ਮੂਰਤੀ ਹੈ ਉਹ ਮਿੱਟੀ ਗਾਂ ਦੇ ਗੋਬਰ ਅਤੇ ਪਰਾਲੀ ਨਾਲ ਬਣੀ ਹੋਈ ਹੈ, ਇੱਕੋ ਫਰੈਂਡਲੀ ਕਲਰ ਹੈ। ਅਤੇ ਜਿਹੜਾ ਪ੍ਰਸ਼ਾਦ ਚੜ੍ਹਦਾ ਉਹ ਭਗਤ ਜਨ ਆਪਣੇ ਘਰੋਂ ਬਣਾ ਕੇ ਲਿਆਉਂਦੇ ਆ। 400 ਤੋਂ 500 ਤਰ੍ਹਾਂ ਦਾ ਪ੍ਰਸ਼ਾਦ ਲੱਗਦਾ, ਕੋਈ ਵੀ ਕਮੇਟੀ ਵੱਲੋਂ ਪ੍ਰਸ਼ਾਦ ਨਹੀਂ ਲਿਆਉਂਦਾ। ਹਰ ਪਰਿਵਾਰ ਜਿਹੜੇ ਰੋਜ਼ ਭਾਗ ਲੈਂਦੇ ਆ ਉਹ ਆਪਣੇ ਵੱਲੋਂ ਪ੍ਰਸ਼ਾਦ ਪਰਿਵਾਰ ਵੱਲੋਂ ਲੈ ਕੇ ਆਉਂਦੇ ਆ। ਮੈਂ ਦੁਬਾਰਾ ਤੋਂ ਸਾਰੇ ਲੁਧਿਆਣਾ ਵਾਸੀਆਂ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਹੀ ਇਲਾਕਾ ਜਿਸ ਇਲਾਕੇ 'ਚ ਜਾਣੀ ਹੈ ਯਾਤਰਾ ਉਹਨਾਂ ਅੱਗੇ ਬੇਨਤੀ ਹੈ ਬੜ ਚੜ ਕੇ ਹਿੱਸਾ ਲਵੋ ਤੇ ਗਣਪਤੀ ਜੀ ਦਾ ਆਸ਼ੀਰਵਾਦ ਲਓ। ਧੰਨਵਾਦ, ਜੈ ਗਣਪਤੀ। ਮੈਂ ਗੋਲਡੀ ਸੱਭਰਵਾਲ, ਪ੍ਰਚਾਰ ਸਕੱਤਰ ਯੁਵਾ ਜਾਗਰਤੀ ਮੰਚ ਲੁਧਿਆਣਾ। ਅੱਜ ਸ਼੍ਰੀ ਯੁਵਾ ਜਾਗਰਤੀ ਮੰਚ ਦੇ ਤੱਤਵਧਾਨ ਜੋ ਗਣਪਤੀ ਮਹੋਤਸਵ ਚੱਲ ਰਿਹਾ ਸੀਗਾ 2 ਤੋਂ ਲੈ ਕੇ 11 ਤਰੀਕ ਤੱਕ, ਅੱਜ ਸਾਡੀ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ ਦ੍ਰੇਸੀ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਿਵਪੁਰੀ ਚੌਂਕ ਤੱਕ ਜਾਏਗੀ। ਜਗ੍ਹਾ ਜਗ੍ਹਾ 'ਤੇ ਲੰਗਰ ਲੱਗੇ ਹੋਏ ਨੇ ਔਰ ਜਗ੍ਹਾ ਜਗ੍ਹਾ 'ਤੇ ਜੋ ਸਵਾਗਤ ਗਣਪਤੀ ਮਹਾਰਾਜ ਜੀ ਦਾ ਕੀਤਾ ਜਾ ਰਿਹਾ ਹੈ, ਸਾਰੇ ਹੀ ਸਮੂਹ ਇਲਾਕਾ ਨਿਵਾਸੀਆਂ ਦਾ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਅੱਜ ਜੋ ਵੀ ਆਪਣੀ ਤਿਲ ਫੁੱਲ ਭੇਟਾਂ ਦੇ ਵਿੱਚੋਂ ਆਪਣੀ ਜੀਵ ਦੇ ਵਿੱਚੋਂ ਜੋ ਸੇਵਾ ਪਾਈ ਹੈ ਇਸ ਦੇ ਵਿੱਚ, ਗਣਪਤੀ ਭਗਵਾਨ ਉਹਨਾਂ ਦੀ ਹਰੇਕ ਮਨੋਕਾਮਨਾਵਾਂ ਪੂਰੀਆਂ ਕਰਨ। ਜੈ ਗਣਪਤੀ ਜੀ ਮਹਾਰਾਜ, ਗਣਪਤੀ ਬੱਪਾ ਮੋਰੀਆ।